ਬਾਬਾ ਹੀ ਦੇਖਣ ਆ ਗਏ ਉਹ ਉਹ ਕਿੰਨੇ ਆ ਚਾਰੇ ਪੈ ਚੱਲੇ ਆ ਚਾਰੇ ਮਤਲਬ ਪੈ ਚੱਲੇ ਨਹੀਂ ਪੈ ਗਏ ਆ ਹਵਾ ਹੂਆ ਪਰ ਹਾਂਜੀ ਉਹ ਵੀ ਕੀ ਚਲੋ ਸਰ ਵਧੀਆ ਹੈਗਾ ਨਵਾਂ ਬਲੌਗ ਲੈ ਕੇ ਫਲੈਸ਼ ਲਾਈਟ ਜਗਦੀ ਆ ਫਲੈਸ਼ ਲਾਈਟ ਤੁਹਾਨੂੰ ਤਾਂ ਲੱਗਦਾ ਹੋਣਾ ਖਰੇ ਕਿ ਰਾਤ ਆ ਨਹੀਂ ਬਾਬੇ ਸਵੇਰ ਆ ਸਵੇਰ ਦੇ 10 ਵਜੇ ਪਤਾ ਨਹੀਂ ਆਪਣੇ ਆਪ ਜਗ ਪਈ ਆਪਾਂ ਤਾਂ ਜਗਾਈ ਨਹੀਂ ਓ ਯਾਰ ਮੈਂ ਤਾਂ ਚਾਬੀ ਲੈਣ ਗਿਆ ਸੀ ਗੱਡੀ ਦੇ ਉੱਤੇ ਮੈਂ ਫੇਸ ਲਗਾ ਦੂੰ ਅਤੇ ਕਿਆ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਸਾਰੇ ਵੀਰ ਠੀਕ ਠਾਕ ਹੋ ਜਿਹੜਾ ਜਿਹੜਾ ਵੀਰ ਦੇਖਦਾ ਹੁੰਦਾ ਬਲੌਗ ਆਪਣਾ ਹਾਲ ਚਾਲ ਦੱਸਿਆ ਕਰੋ ਕਿੱਥੋਂ ਕਿੱਥੋਂ ਤੁਸੀਂ ਆਪਣਾ ਬਲੌਗ ਦੇਖਦੇ ਉਹ ਵੀ ਦੱਸਿਆ ਕਰੋ ਅਤੇ ਰੈਗੂਲਰ ਬਲੌਗ ਆਪਣੇ ਆ ਰਹੇ ਆ ਹੁਣ ਆਪਾਂ ਕੀ ਕਰਨ ਲੱਗੇ ਹਾਂ ਦੱਸਦੇ ਹਾਂ ਉਹ ਆਖ ਆ ਸਾਰਾ ਫਲੋ ਉੱਤੇ ਵਾਲਾ ਆਪਣਾ ਆ ਮਾਤਾ ਬਾਪੂ ਥੱਲੇ ਰਹਿੰਦੇ ਆ ਸੋ ਇੱਥੇ ਦੇ ਖਿਲਾਰੇ ਨੂੰ ਤੁਸੀਂ ਮਾਇੰਡ ਨਹੀਂ ਕਰਨਾ ਜੀ ਹੈ ਤਾਂ ਤੁਸੀਂ ਸਫਾਈ ਨਹੀਂ ਕਰਦੇ ਕਰਦੇ ਆ ਕੱਲ੍ਹ ਹਲੇ ਪੂਰਾ ਚਮਕਾ ਕੇ ਸਾਡੇ ਅਤੇ ਅੱਜ ਮੇਰੇ ਆਹ ਦੇਖ ਲਓ ਰੂਮ ਦਾ ਹਾਲ ਹਾਂ ਚਾਬੀ ਲੱਭਣ ਆਇਆ ਉਹ ਇੱਥੇ ਕਿਤੇ ਪਈ ਸੀ ਹਾਂ ਪਈ ਆ ਅਤੇ ਗੱਡੀ ਚਾਬੀ ਕੀ ਕਰਨੀ ਆ ਦੋ ਤਿੰਨ ਕੰਮ ਆ ਗੱਡੀ ਦੀ ਵੀ ਹਵਾ ਨਿਕਲੀ ਆਉਣੀ ਆ ਕਿਉਂਕਿ ਤੁਹਾਨੂੰ ਪਿਛਲੇ ਵਲੌਗ 'ਚ ਵੀ ਦੱਸਿਆ ਕਿ ਉਹਦੀ ਟੁੱਟੀ ਲਈ ਆ ਆਲਸ ਦੇ ਮਾਰੇ ਨਹੀਂ ਪਵਾ ਰਹੇ ਅਤੇ ਭਰਾ ਮੇਰੇ ਸਾਰੀ ਸੀਰੀਜ਼ ਦੇਖਿਆ ਕਰੋ ਕਿਉਂਕਿ ਜਿੱਥੋਂ ਪਿਛਲੀ ਖਤਮ ਹੁੰਦੀ ਉੱਥੋਂ ਹੀ ਅਗਲਾ ਵਲੌਗ ਸ਼ੁਰੂ ਹੁੰਦਾ ਆ ਹੁਣ ਫਿਲਹਾਲ ਪਹਿਲਾਂ ਇੱਕ ਆਪਣਾ ਗੱਡੀ 'ਚ ਹਵਾ ਭਰਨੀ ਆ ਇੱਕ ਸਾਈਕਲ 'ਚ ਹਵਾ ਭਰਨੀ ਆ ਸੋ ਦੋਨਾਂ 'ਚ ਹਵਾ ਭਰ ਕੇ ਫਿਰ ਸ਼ਾਇਦ ਮੈਂ ਵਾਲ ਕਟਾਉਣ ਜਾਵਾਂ ਵਾਲ ਕਟਾਇਆ ਨੂੰ ਕੋਈ ਸਮਾਂ ਹੀ ਬੀਤ ਗਿਆ ਟੁੱਟੀ ਲੀਕ ਹੈ ਜੀ ਯਾਰ ਉਹ ਟੁੱਟੀ 'ਤੇ ਐਮਸੀਲ ਵੀ ਲਾਈ ਆ ਉਹ ਤਾਂ ਵੀ ਨਹੀਂ ਗੱਲ ਬਣੀ ਹਾਂ ਹਾਂ ਨਹੀਂ ਇਹ ਥੋੜ੍ਹਾ ਅੱਗੇ ਲਾਇਆ ਪੰਪ ਕਿੱਥੇ ਰੱਖਿਆ ਉਹਨੇ ਹੋਰ ਅੰਕਲ ਠੀਕ ਠਾਕ ਮੀਟਰ ਨੇ ਉੱਤੇ ਦੇਖੀ ਦੂਜੀ ਉੱਥੇ ਸ਼ੋਅ ਕਰ ਦੇਣਾ ਮੇਰੇ ਵਾਲੀ ਸਕਾਰਪੀਓ 'ਤੇ ਇੱਥੇ ਪਕੜ ਨਹੀਂ ਬਣਾਈ ਤਾਂ ਕਰਕੇ ਭਰਦੀ ਨਹੀਂ ਉਹ ਥੋੜ੍ਹੀ ਜਾਂਦੀ ਪਈ ਨਾ ਉਹ ਪੂਰਾ ਲੱਗ ਜਾਵੇ ਪਲੱਗ ਫਿਰ ਕੋਈ ਚੱਕਰ ਹੀ ਨਹੀਂ ਆ ਜਿੱਦਾਂ ਕਿ ਹੁਣ ਮੈਂ ਸੋਚਿਆ ਅੱਗੇ ਅਸੀਂ ਐਮਸੀਲ ਉਦੋਂ ਲਾਉਂਦੇ ਸੀ ਜਦੋਂ ਹਵਾ ਲੀਕ ਕਰਦੀ ਸੀ ਟਾਇਰ ਭਰੇ 'ਤੇ ਹਵਾ ਭਰੇ 'ਤੇ ਹੁਣ ਹਵਾ ਨਿਕਲੀ ਹੋਈ ਆ ਇੱਕ ਵਾਰੀ ਮੈਂ ਕਿਹਾ ਲੇਪ ਜੀ ਉਹਦੇ ਉੱਤੇ ਹੈ ਨਾ ਐਮਸੀਲ ਦੇ ਉੱਤੇ ਇੱਕ ਹੋਰ ਲਾ ਕੇ ਦੇਖ ਲੈਂਦਾ ਫਿਰ ਟਿਕ ਜੂਗੀ ਕਿਉਂਕਿ ਹਵਾ ਆਊਟ ਨਹੀਂ ਹੋ ਰਹੀ ਅਤੇ ਉਹ ਨਹੀਂ ਤਾਂ ਜਦੋਂ ਅਸੀਂ ਲਾਈ ਦੀ ਸੀਗੀ ਉਹ ਆਪਣੀ ਜਗ੍ਹਾ ਬਣਾ ਲੈਂਦੀ ਸੀਗੀ ਨਿਕਲਣ ਲਈ ਇਸ ਕਰਕੇ ਹੁਣ ਮੇਰਾ ਮੂਡ ਆ ਕਿ ਇੱਕ ਵਾਰੀ ਉੱਤੋਂ ਲੇਪ ਜੀ ਹੋਰ ਲਾ ਦੇਵਾਂ ਮੇ ਬੀ ਟਿਕ ਜਾਵੇ ਮੇ ਬੀ ਲਓ ਬਾਬੇ ਪਿਛਲੇ 'ਚ ਵੀ ਮਾੜੀ ਜਿਹੀ ਘੱਟ ਸੀ ਹੱਥ ਦੇਖੋ ਚੈੱਕ ਕਰੋ ਐਮਸੀਲ ਵਾਲੇ ਹੁਣ ਐਮਸੀਲ ਅੱਗੇ ਲਾ ਕੇ ਦੇਖੀਏ ਮੈਂ ਕਿਹਾ ਸੁੱਕ ਜਾਵੇ ਇੱਕ ਵਾਰੀ ਕਿਉਂਕਿ ਅੱਗੇ ਹੀ ਹਵਾ ਭਰੀ ਤਾਂ ਹੀ ਹੈ ਨਾ ਲਾਉਂਦੇ ਰਹਿੰਦੇ ਸੀ ਉਹ ਕਿ ਹਵਾ ਦਾ ਰਾਹ ਬਣਿਆ ਹੀ ਰਹਿੰਦਾ ਸੀਗਾ ਉਹ ਬੰਦ ਨਹੀਂ ਹੁੰਦਾ ਸੀ ਹੁਣ ਮੈਂ ਪੂਰੀ ਜਿੱਦਾਂ ਨਿਕਲੀ ਹੋਈ ਆ ਮੈਂ ਕਿੰਨੇ ਦਿਨਾਂ ਦਾ ਸੋਚਿਆ ਸੀ ਮੈਂ ਕਿਹਾ ਇੱਦਾਂ ਲਾ ਕੇ ਦੇਖੂੰਗਾ ਜੇ ਬਣ ਗਈ ਗੱਲ ਠੀਕ ਆ ਯਾਰ ਆਲਸ ਬਹੁਤ ਆ ਮੈਨੂੰ ਟਾਇਰਾਂ ਟੂਰਾਂ ਪਾਉਣ ਦੀ ਘਰ ਦੇ ਕਹੀ ਜਾਂਦੇ ਟਾਇਰ ਪਵਾਲਾ ਮੈਂ ਪਾਉਂਦਾ ਹੀ ਨਹੀਂ ਯਾਰ ਛੱਡ ਯਾਰ ਲੁਧਿਆਣੇ ਜਾਣਾ ਪੈਣਾ ਮੈਨੂੰ ਜਲੰਧਰੋਂ ਪਸੰਦ ਨਹੀਂ ਆ ਓਨਲੀ 1 KB ਟਾਇਰਸ ਉਹਨਾਂ 'ਤੇ ਆਪਾਂ ਨੂੰ ਥੋੜ੍ਹਾ ਵਧੀਆ ਲੱਗਦਾ ਜਿੱਥੇ ਪਰਮੀਸ਼ ਜਾਂਦਾ ਉਹੀ ਘੈਂਟ ਆਪਾਂ ਨਾਲ ਪਿਆਰ ਬਹੁਤ ਉਹਨਾਂ ਨਾਲ ਤਾਂ ਕਰਕੇ ਅਤੇ ਉੱਥੇ ਜਾਣ ਨੂੰ ਘੋਲ ਪੈ ਰਹੀ ਆ ਜਿੱਦਣ ਚਲ ਗਏ ਫਿਰ ਤੁਹਾਨੂੰ ਆਹ ਗੱਡੀ ਦਾ ਰੂਪ ਰੰਗ ਕੁਛ ਹੋਰ ਹੀ ਦਿਖੂਗਾ ਆਪੇ ਤੁਸੀਂ ਹਿਸਾਬ ਲਾ ਲਓ ਗੱਡੀ ਖੜੀ ਆ ਛਾਵੇਂ ਅਤੇ ਐਮਸੀਲ ਸੁੱਕ ਨਹੀਂ ਰਹੀ ਅਤੇ ਆਪਾਂ ਜਾਣਾ ਆ ਮੈਂ ਕਿਹਾ ਫਿਰ ਡਰਾਈਵਰ ਨਹੀਂ ਸਿਖਾ ਦਿੰਦੇ ਹਾਂ ਜੇ ਗਾੜੀ ਜੱਟ ਹੁੰਦੀ ਤੁਹਾਨੂੰ ਪਤਾ ਹੀ ਆ ਫਿਰ ਬਾਬਾ ਜੀ ਗੱਡੀ ਖੜੀ ਆ ਛਾਵੇਂ ਅਤੇ ਐਮਸੀਲ ਸੁੱਕ ਨਹੀਂ ਰਹੀ ਅਤੇ ਆਪਾਂ ਫਿਰ ਜਾਣਾ ਆ ਅਤੇ ਗੱਡੀ ਦਾ ਤਾਂ ਪਲੈਨ ਬਣ ਗਿਆ ਆ ਅੱਜ ਜਾਂ ਕੱਲ੍ਹ ਤੱਕ ਇਹਦੇ ਟਾਇਰ ਪੈ ਜੂਗੇ ਹੁਣ ਫਿਲਹਾਲ ਡਿਸੀਜਨ ਇਹ ਬਣਾਇਆ ਕਿ ਪਹਿਲਾਂ ਟਾਇਰ 'ਤੇ ਪਾਈਏ ਹੋਰ ਬਾਅਦ 'ਚ ਰਾਹ ਛੜੀ ਹੋਜੂ ਤਾਰਾਂ 'ਚ ਬਾਹਰ ਆਈਆਂ ਹੋਈਆਂ ਆ ਟਾਇਰ ਫੁੱਲ ਚੁੱਕਾ ਆ ਅਤੇ ਹੁਣ ਇੱਕ ਅੱਧਾ ਦਿਨ ਕੱਢਦੇ ਹਾਂ ਇਹਨਾਂ ਅਤੇ ਸ਼ਾਇਦ ਮੈਂ ਅੱਜ ਹੀ ਪਵਾ ਲਵਾਂ ਦੇਖੋ ਕੀ ਪਲੈਨ ਬਣਦਾ ਠਾਹ ਸੁੱਟਾ ਹੀ ਮਾਰੀਦਾ ਹੁੰਦਾ ਤੁਹਾਨੂੰ ਪਤਾ ਹੀ ਆ ਫਿਰ ਆਪਣਾ ਲਓ ਬਾਬਾ ਜੀ ਐਕਸਟੈਂਸ਼ਨ ਲਾ ਕੇ ਪਹੁੰਚਾ ਹੀ ਦਿੱਤਾ ਇੱਥੇ ਹੁਣ ਦੇਖਦੇ ਹਾਂ ਸਕਸੈਸਫੁਲ ਹੁੰਦਾ ਕੰਮ ਕਿ ਨਹੀਂ ਓਏ ਚੱਲ ਪਾ ਬੋਲੀ ਨਹੀਂ ਕੁਛ ਹੁਣ ਬੋਲੂ ਲਾਈਟ ਜੀ ਉੱਧਰ ਹੀ ਬੰਦ ਸੀ ਇਹ ਹੁੰਦੇ ਨੇ ਜਗਾੜੀ ਬੜੇ ਝੱਟ ਕੁੜੀਏ ਦਿੰਦੇ ਨੇ ਜਗਾੜ ਲਾ ਕੇ ਪੱਟ ਕੁੜੀਏ ਇੱਕ ਤੁਹਾਨੂੰ ਮੈਂ ਨਾ ਕਰੈਕਸ਼ਨ ਦੱਸਦਾ ਜਿਹੜੀਆਂ ਗੇਜਾਂ ਵਾਲੀਆਂ ਹੁੰਦੀਆਂ ਨਾ ਇੱਥੇ ਕਦੇ ਭਰੋਸਾ ਨਾ ਕਰਿਓ
ਇੱਥੇ ਦੇਖੋ 20 ਪਾਉਂਡ ਹਵਾ ਦੱਸਦੀ ਆ, ਮੈਂ ਦੇਖਿਆ ਨਹੀਂ ਹਜੇ ਤੱਕ ਸੌਂ ਲੱਗੇ ਅੰਦਰ ਕਿੰਨੀ ਆ, ਅੰਦਰ ਦੇਖੋ ਘੱਟ ਹੋਊਗੀ ਜਾਂ ਵੱਧ ਹੋਊਗੀ। ਇਹ ਆਹ ਵਾਲਾ ਪੈ ਰਿਹਾ 18, ਥੋੜ੍ਹਾ ਫਰਕ ਆ। ਅਤੇ ਇਹ 'ਚ ਬਿਲਕੁਲ ਕਰੈਕਟ ਹੁੰਦੀ ਆ ਹਵਾ, ਜਿਹੜੇ ਆਪਣੇ ਹੈ ਨਾ ਬਾਹਰ ਗੇਜਾਂ ਗੂਜਾਂ ਵਾਲੇ ਹੁੰਦੇ ਆ ਉਹਨਾਂ ਤੋਂ ਨਾ ਭਰਾਇਆ ਕਰੋ, ਜੇ ਐਮਰਜੈਂਸੀ ਭਰਾ ਦਿਆ ਕਰੋ, ਅਤੇ ਪਰ ਉੱਦਾਂ ਨਾ ਭਰਾਇਆ ਕਰੋ। ਉੱਦਾਂ ਜਿਹੜੇ ਪੈਟਰੋਲ ਪੰਪ 'ਤੇ ਹੁੰਦੇ ਨਾ ਪੰਪ, ਜਿਹੜੇ ਢੂੰ ਕਰਕੇ ਉੱਤੇ ਹਵਾ ਸੈੱਟ ਕਰ ਦੀ ਦੀ 30 ਆ ਅਤੇ 30 ਰਹੂਗੀ, ਇੱਦਾਂ ਉਹ ਵਾਲਾ ਉਹ ਵਾਲੇ ਸਿਸਟਮ 'ਚ ਕਰਾਇਆ ਕਰੋ। ਮੈਂ ਕਿਹਾ ਭਾਈ ਉਹ ਤਾਂ ਰੱਖਿਆ ਮੈਂ ਉਹਦਾ ਡਰਾਇਰ ਉਹਨਾਂ ਉੱਧਰ ਲਾਈ ਹੋਈ ਆ। ਇਹ ਆਪਣੀਆਂ ਤੇਲ ਵਾਲੀਆਂ ਟੈਂਕੀਆਂ, ਜਿਹੜਾ ਇਹਦਾ ਖਰਚ ਮਤਲਬ ਇਹਦਾ ਖਾਣਾ ਦਾਣਾ ਸਾਹਮਣੇ ਰੱਖੀਦਾ ਹੈ, ਬਸ ਜਦੋਂ ਜਾਣਾ ਇਹਨੂੰ ਖਾਣਾ ਇਹਦੇ ਵਿੱਚ ਪਾਉਣਾ ਅਤੇ ਲੈ ਜਾਣਾ। ਹੁਣ ਦੇਖੋ ਹੁਣ ਇਹ 30 'ਤੇ ਪਹੁੰਚ ਚੱਲੀ ਆ, ਉੱਧਰ 25 ਵੀ ਨਹੀਂ ਪਹੁੰਚੀ। ਇੱਥੋਂ ਕਹਾਣੀ ਖਰਾਬ ਹੁੰਦੀ ਆ, ਫੇਰ ਟਾਇਰ ਖਰਾਬ ਹੁੰਦੇ ਆ। ਉਹ ਦੇਖੋ 23 'ਤੇ ਵੀ ਨਹੀਂ ਪਹੁੰਚੀ। ਪਤਾ ਗੱਲ ਕੀ ਆ, ਸ਼ਕਲ ਮੇਰੀ ਦੇ ਨਾ ਜਾਇਓ, ਸ਼ਕਲ ਮੇਰੀ ਖਰਾਬ ਆ, ਹਲੇ ਨਾਤਾ ਧੋਤਾ ਨਹੀਂ, ਵਾਲ ਕਟਾਉਣ ਜਾਣਾ ਹਲੇ। ਚੱਕੀ ਹਵਾ ਨਾ ਪੂਰੀ ਕਰੈਕਟ ਰੱਖਿਆ ਕਰੋ, ਅਤੇ ਉਹਦੇ ਕਰਕੇ ਕੀ ਹੁੰਦਾ, ਜਿਹੜਾ ਤੁਹਾਡਾ ਟਾਇਰ 50,000 ਚੱਲਣਾ, 1,00,000 ਚੱਲੂਗਾ, ਗਰੰਟੀ ਮੇਰੀ ਚਲਾਏ ਹੋਏ ਆ। ਇਹ ਮਾੜੇ ਪਹਿਲੇ ਟਾਇਰ ਆ ਜਿਹੜੇ ਮੈਂ 30,000 ਜਿਹੜਾ, ਅਤੇ ਕਿਉਂਕਿ ਮੈਂ ਅਲਾਈਨਮੈਂਟ ਹੀ ਨਹੀਂ ਕਰਾਈ, ਹਮੇਸ਼ਾ ਅਲਾਈਨਮੈਂਟ ਔਨ ਟੋਪ ਅਤੇ ਹਵਾ 30 ਤੋਂ 32। ਮੈਂ ਕਿਹਾ ਟਾਇਰ ਤੁਹਾਡੇ, ਤੁਸੀਂ ਕਹੋਗੇ ਘਸ ਆ ਘਸ ਦੇ ਰਹੀ। ਇੱਕ ਟਾਇਰ 1,30,000 ਵੀ ਚਲਾਇਆ ਪਿਆ ਇਸੇ ਸਕਾਰਪੀਓ ਦੇ, 2,60,000 ਚੱਲ ਚੁੱਕੀ ਆ। ਪਤਾ ਨਹੀਂ ਕਿੰਨੇ ਕੀ ਕੁਛ ਕਰਤਾ ਇਹਨਾਂ ਆਪਾਂ, ਇਹ ਲਗਾ ਕੇ 22 ਇੰਚ 'ਚ ਬਥੇਰਾ ਕੁਛ ਕੀਤਾ ਆ। ਚਲੋ ਬਾਕੀ ਹੁਣ ਦੇਖਦੇ ਹਾਂ, ਇੱਕ ਐਕਸਪੈਰੀਮੈਂਟ ਕੀਤਾ ਆ ਕਿ ਹੁਣ ਹਵਾ ਨਿਕਲਦੀ ਜਾਂ ਨਹੀਂ ਨਿਕਲਦੀ, ਤੁਹਾਨੂੰ ਦਿਖਾਉਂਦੇ ਹਾਂ, ਜੇ ਨਿਕਲਦੀ ਤਾਂ ਵੀ, ਜੇ ਨਹੀਂ ਨਿਕਲਦੀ ਤਾਂ ਵੀ। ਚੱਲੇ ਬਾਬਾ ਜੀ ਵਾਲ ਕਟਾਉਣ, ਅਤੇ ਸਿੱਧਾ ਹੁਣ ਸ਼ੋਪ 'ਤੇ ਆ ਕੇ ਮਿਲਦੇ ਹਾਂ ਨਾਈ ਵਾਲੇ 'ਤੇ, ਬਾਰਬਰ ਸ਼ੋਪ 'ਤੇ। ਲਓ ਬਾਬਾ ਜੀ ਪਹੁੰਚ ਗਏ ਆਪਾਂ, ਹਾਂ ਸ਼ੋਪ ਆ, ਅਤੇ ਵਾਲ ਕਟਾਈ ਹੁਣ ਫਟਾਫਟ। ਮੈਂ ਪਿਛਲੀ ਵਾਰੀ ਜਮ੍ਹਾਂ ਸਾਡਾ ਜ਼ੀਰੋ ਕਰਤੀ ਸੀ ਬਲੇਡ ਵਾਲਾ, ਜਿੱਦਾਂ ਪਹਿਲਾਂ ਲਗਾਉਣੇ, ਮੈਨੂੰ ਪਸੰਦ ਇਹ ਨਹੀਂ ਆਇਆ, ਸਫਿਸਟੀਕੇਟਡ ਜਿਹਾ ਨਹੀਂ ਲੱਗਾ। ਇਸ ਵਾਰੀ ਦੇਖਦੇ ਹਾਂ, ਜਮ੍ਹਾਂ ਬਲੇਡ ਵਾਲਾ ਕੰਮ ਨਹੀਂ ਕਰਾਂਗੇ, ਲਾਈਟ ਕਰਾਂਗੇ, ਪਰ ਪੂਰਾ ਬਲੇਡ ਵਾਲਾ ਕੰਮ ਨਹੀਂ ਕਰਾਂਗੇ ਯਾਰ। ਟੈਟੂ ਵੀ ਕੰਪਲੀਟ ਕਰਾਉਣਾ ਸਾਰਾ, ਹਲੇ ਇਨਕੰਪਲੀਟ ਆ, ਬਹੁਤ ਜ਼ਿਆਦਾ ਇਨਕੰਪਲੀਟ ਆ, ਹਲੇ ਤੁਹਾਨੂੰ ਲੱਗ ਰਿਹਾ ਹੋਣਾ ਸਾਰਾ ਤਾਂ ਬਣ ਗਿਆ, ਬਹੁਤ ਇਨਕੰਪਲੀਟ ਆ ਬਾਬਾ ਜੀ। ਹਲੇ ਦਵਿੰਨਿਆਂ ਨੂੰ ਕਹਿਣਾ ਪੈਣਾ ਬਣਾ ਦੇ। ਦੇਖੋ ਆਪਾਂ ਫੋਨਾਂ 'ਚ ਲੱਗੇ ਹਾਂ, ਸਾਰੇ ਮੈਮਰੀ ਕਾਰਡ, ਜੈਰੀ ਸੁਧਰ ਜਾ ਤੂੰ, ਆਪਣੇ ਐਡੀਟਰ ਨੂੰ ਕਹਿਣ ਡਿਆ ਵਿੱਚੇ ਬਲੋਗ ਦੇ, ਸੁਧਰ ਜਾ ਤੂੰ, ਕੋਈ ਮੈਨੂੰ ਕਾਰਡ ਨਹੀਂ ਦੇਣ ਡਿਆ, ਆਡੀਅੰਸ ਨੂੰ ਕੁਆਲਿਟੀ ਨਹੀਂ ਮਿਲਣ ਡਈ। ਸਾਰੇ ਜਣੇ ਕਮੈਂਟ ਲਿਖੋ, ਜੈਰੀ ਮੈਮਰੀ ਕਾਰਡ ਦੇ, ਜੈਰੀ ਮੈਮਰੀ ਕਾਰਡ ਦੇ। ਅਰੇ 3 ਕੈਮਰੇ ਮੇਰੇ ਕੋਲ ਘਰੇ, ਨਹੀਂ 4 ਪਏ ਆ, ਅਤੇ 5 ਮੈਮਰੀ ਕਾਰਡ ਆ, ਅਤੇ ਕੈਮਰੇ ਕਾਹਦੇ ਜੇ ਮੈਮਰੀ ਕਾਰਡ ਹੀ ਨਹੀਂ। ਹੁਣ ਮੈਂ ਹੋਰ ਕਿੰਨੇ ਲੈ ਲਾਂ ਮੈਮਰੀ ਕਾਰਡ, ਮੈਮਰੀ ਕਾਰਡ 'ਤੇ ਨਵਾਂ ਵੀ ਲੈ ਲਈਏ ਕੀ ਫਾਇਦਾ ਨਵੇਂ ਲੈਣ ਦਾ, ਜਦ ਇੰਨੇ ਪਹਿਲਾਂ ਹੀ ਪਾਇਆ। ਜੈਰੀ ਮੈਮਰੀ ਕਾਰਡ ਦੇ, ਕਵੋ ਸਾਰੇ ਹੈ ਨੇ। ਲਓ ਬਾਬਾ ਜੀ ਬਾਲ ਲੈ ਕਟਾ, ਹੁਣ ਘਰੇ ਆ ਕੇ ਨਹਾਈਏ, ਇੱਕ ਕੰਮ ਘਰਦਿਆਂ ਨਾਲ ਕਰਨਾ, ਫਿਰ ਜਲੰਧਰ ਜਾਣਾ, ਜਲੰਧਰ 3-4 ਕੰਮ ਆ, ਦੇਖਦੇ ਹਾਂ ਕਿ ਉਹਨਾਂ ਨੇ ਸਾਨੂੰ ਕਿਹੜਾ ਕਿਹੜਾ ਦਿਖਾਈਏ ਅਤੇ ਕਿਹੜਾ ਕਿਹੜਾ ਨਹੀਂ, ਅਤੇ ਫਿਲਹਾਲ ਲਈ ਆਪਾਂ ਨਿਕਲ ਗਏ। ਓਕੇ ਲਓ ਬਾਬਾ ਜੀ ਆਪਾਂ ਨਿਕਲ ਗਏ, ਕੈਸ਼ ਲੈ ਲਿਆ, ਚੈੱਕ ਲੈ ਲਿਆ, ਅਤੇ ਹੁਣ ਟਾਇਰ ਅੱਜ ਦੇਖਦੇ ਹਾਂ ਪੈਂਦੇ ਕਿ ਨਹੀਂ, ਕਿਉਂਕਿ ਜਿਹੜੇ ਟਾਈਮ ਮੈਂ ਤੁਰ ਲੱਗਾ ਉਸ ਟਾਈਮ ਬੈਂਕ ਬੰਦ ਹੋ ਜਾਂਦੀ ਆ। ਚੱਕਰ ਮੈਂ ਡਿੱਦਾ ਪੈ ਗਿਆ ਬਾਬਾ ਜੀ ਕਿ ਬੈਂਕ 'ਚ ਸੀਗਾ ਲੰਚ ਟਾਈਮ, ਫਿਰ ਮੈਂ ਅੱਧਾ ਘੰਟਾ ਵੇਟ ਹੀ ਕਰਨੀ, ਮੈਂ ਕਿਹਾ ਯਾਰ ਜਿਹੜਾ ਕੰਮ ਕਰਾਉਣਾ ਉਹ ਤਾਂ ਫਿਰ ਕਰਾਉਣਾ ਹੀ ਆ, ਹੁਣ ਇੱਕ ਭਈਏ ਦੇ ਪੈਸੇ ਪਾਉਣੇ ਆ ਉਹ ਪਾ ਲਈਏ, ਹੈ ਨਾ ਉਸ ਕੇ ਦੇਸ਼ 5,000 ਰੁਪਇਆ ਪਿਆ ਆ ਉਹਦਾ, ਉਹ ਪਾ ਕੇ ਅਤੇ ਫਿਰ ਆਪਾਂ ਸਿੱਧਾ ਹੀ ਜਲੰਧਰ ਦੇਖਦੇ, ਪਹਿਲਾਂ ਟਾਇਰ ਪਾਉਂਦੇ ਜਾਂ ਕੋਈ ਹੋਰ ਕੰਮ ਕਰਦੇ, ਕੰਮ ਬਹੁਤ ਆ, ਕੰਮ ਮੁਕਾਇਆ ਹੀ ਮੁੱਕਦੇ ਕੀ ਕਰੀਏ ਯਾਰ। ਚਲੋ ਹੁਣ ਆਪਾਂ ਭਈਏ ਦੇ ਪੈਸੇ ਪਾ ਲਈਏ। ਲਓ ਜੀ ਭਈਆ ਜੀ ਕੋ ਪੈਸਾ ਡਾਲ ਦੀਆ, ਬਸ ਇੱਦਾਂ ਹੀ ਕੰਮ ਨਹੀਂ ਮੁੱਕਦੇ, ਉਹਦੇ ਕੋਲ ਪੰਪ ਜਿਹਾ ਮੋਰੀ ਰੱਖਿਆ ਕਿ ਕਿਤੇ ਰਾਹ 'ਚ ਨਾ ਲੋੜ ਪੈ ਜਾਵੇ, ਅੱਜ ਤਾਂ ਆਪਾਂ ਮੁਕਾਉਣਾ ਹੀ ਆ ਜੋ ਮਰਜ਼ੀ ਹੋ ਜਾਵੇ ਭੈਣ। ਬਸ ਬਹੁਤ ਦੁਖੀ ਹੋ ਗਿਆ ਹੁਣ ਟਾਇਰਾਂ ਤੋਂ, ਕਿਉਂਕਿ ਚੱਕਰਮੈਂਟ ਪਤਾ ਕੀ ਆ ਪਿੱਛੇ ਹਾਲ ਚਾਲ ਦੇਖੋ, ਕਿਉਂਕਿ ਇਹ ਹੈ ਨਾ ਹੈਗਾ ਮੇਰਾ ਦੂਜਾ ਘਰ, ਸਾਰੇ ਮੇਰੇ ਦੋਸਤਾਂ ਨੂੰ ਪਤਾ, ਸਾਰੇ ਮੇਰੇ ਘਰਦਿਆਂ ਨੂੰ ਪਤਾ ਹੈ ਨਾ ਵੀ ਇੰਨੇ ਇਹ 'ਚ ਹੀ ਰਹਿਣਾ ਆ, ਵੀ ਘਰਦੇ ਅੱਜ ਮੈਨੂੰ ਕਹਿੰਦੇ ਭਰਾਵਾ ਪਵਾ ਲਿਆ ਆਹ ਫੜ ਪੈਸੇ ਪਵਾ ਲਿਆ, ਕਹਿੰਦੇ ਤੂੰ ਕਾ ਤੂੰ ਆਪ ਹੱਥ ਪੈਸੇ ਤੇਰੇ ਕੋਲ ਹੈਗੇ ਆ ਤੂੰ ਆਪ ਆਉਣ ਡਿਆ ਤੂੰ ਆਹ ਫੜ, ਉਹ ਚੱਲ ਜੇ ਘਰੋਂ ਫ੍ਰੀ ਮਿਲਦੇ ਆ ਫਿਰ ਪਵਾ ਦਿੰਦੇ, ਹੈ ਨਾ ਸਮਝਦਾ ਹੁੰਦਾ, ਚਲੋ ਫਾਇਦਾ ਹੋ ਗਿਆ ਅੱਜ ਫਿਰ ਪਵਾ ਕੇ ਫੜਦੇ ਹਾਂ ਨਾ, ਕੈਸ਼ ਕੂਸ਼ ਤਾਂ ਮਿਲ ਗਿਆ ਚਲੋ ਸ਼ੁਕਰ ਆ, ਲੈਟਸ ਗੋ। ਉੱਦਾਂ ਪਲੈਨਿੰਗ ਮੇਰੀ ਹੋਰ ਕੋਈ ਸੀਗੀ ਇਹਨੂੰ ਕੁਛ ਕਰਾਉਣ ਦੀ, ਮੈਂ ਕਿਹਾ ਰੋਕੇ ਕਰਾ ਲੈਂਦੇ ਹਾਂ, ਉਹ ਇਹ ਟਾਇਰ ਸਪੇਅਰ ਰੱਖ ਲਾਂਗੇ ਹੈ ਨਾ, ਜੇ ਬਾਈ ਚਾਂਸ ਆਪਾਂ ਹੋਰ ਵੱਡੇ ਹੋਰ ਵੱਡੇ ਅਤੇ ਇਹਨੂੰ ਸਪੇਅਰ ਰੱਖ ਲਾਂਗੇ ਕਿ ਕਿਤੇ ਆਉਣ ਜਾਣ ਲਈ ਇਹ ਵੀ ਚਾਹੀਦੇ ਆ, ਹੈ ਬਸ ਬਹੁਤ ਕੁਛ ਦਿਮਾਗ 'ਚ ਚੱਲਦਾ, ਨਾਲ ਬਣੇ ਰਹੋ ਫਿਰ ਤੁਹਾਨੂੰ ਪਤਾ ਲੱਗਿਆ ਕਰਨਾ ਵੀ
क्या चल रहा है क्या नहीं चल रहा जो तुम बने रहोगे सो बी विद मी हाँ जी क्या नाइस इंग्लिश लो बाबे चुपर एक चक रहा हूँ बस चलीए किन्ने काम है अज आप हाँ तो भरा मैं अगे रखा ही मैं लोड पी रही है मैं अच काम नबेड़ी है यार अच काम बहुत चलो मैं भान कट्ठी करता पे बाबा जी जलंधर से मेला लगा पे पूरा छली वाला खड़ा है लो बाबा जी वे वे काम करके चार पांच काम का के हूँ आप चलते टायर वाली दुकान से फिर आज आप नबेड़ते दो तीन कोरियर करने लिए आप बहर न कुछ पदार्था ने वो करते हैं हम आप चले हाँ डीसी टायरस जलंधर जे मतलब वीलों वूलों वाला काम हों फिर आप जाना सी के बी दे तो हले थोड़ा डिले करता क्योंकि मैं पता की मेरा यार देख अपन 24 इंच टायर तो नहीं पक्के चाहिए चाहिए आ सपोज आप 26-28 पा दीए जो फिर आप कि इधर उधर जाना ले लू फिर बंदा 22 पा सकता ये एक स्पेयर पिया होना जरूरी आ मैं ता करके इतने टायर पाने लगा हूँ एक जोड़ी चाहिए आप जो 26-28 ला लिया आप ले कि जाना नवी थोड़ी भननिया है हले यही चाहिए क्योंकि प्रोग्राम चार पांच बन रहे मे बी 2 महीने सारा पता लग जाना कि मैं क्यों नहीं पवाए जा क्यों रोकिया सारा तुम्हें पता लगना है कि की चक्कर सेगा जिदे करके मैं इन्नी अपडेशन नहीं की मैं बस हम सारे ब्लॉग्स पता लगना आने वाले दो महीने भी मैक्सीमम आ मेनली महीने ही पता लग जूगा ब्लॉग देखिए बस सारी चीज़ दसांगे यार सारी कि क्यों नहीं पाए की चक्कर पिया 26-28 इंच फिर आप क्यों डिकलाइन किया सारा दसांगे बस हूँ चलीए पहला पवा लीए चलो बाबे हम आप डीसी पहुँच चले ये अपना मतलब टाइम पास टायर चलाऊ ठीक है क्योंकि जो टायर इतों अपन सेम ब्रांड का मिल गया भावें 500 महंगा हो गया है ना आप लै लेना क्योंकि उन्हें अपना तेल भी तो लग जाना ध्यान जानू है ना ये चक्कर आ चलो देखते हैं हूँ इतों मिलता कि नहीं मिलता लुधियाने ना बस जाना पवे ओ फॉर द बेस्ट लो बाबा जी देख आ गए किन्ना आ 285 आ चलो बाबा जी अपने आ गए पैर पैने शुरू भी हो गए तो नाल व्हील बैलेंसिंग भी हुई जाती है ना नवे पई जाते छेरे काम नहीं पड़ जाना लगता गाही पई है एवं लटकदियां फिरदियां है अच्छा चलो हम रोज दे झंझट खत्म हवा भरन का जिथे मर्जी निकल जाओ हूँ इन्हू भी लैके अगे पहलिया का होंगे ही काम कि आप जिथे मर्जी लैके निकल दिए हूँ यदा भी कोई टेंशन नहीं चारे पै चले आ चारे मतलब पै चले नहीं पै गए हवा हुआ भरना ही रह गई एक हवा भरना ही रह गई तो व्हील बैलेंसिंग व्हील बैलेंसिंग बस तो कर सके अलाइनमेंट दैट सेट जिंदगी पहली बार होया इदा गोपे मैं एक व्हील से दोबारा टायर चढ़ाए नहीं तो जो टायर घटते नाले व्हील चेंज हों नाले व्हील चेंज हों पहली बार होया जिंदगी मैं पुराने व्हीलों से टायर चढ़ाए जिंदगी पहली बार होया पहली बारी भी इंच पवाए फिर 18 इंच पवाए फिर 22 इंच पवाए फिर 22 इंच पवाए फिर 22 इंच पवाए हर बारी टायर भी नाल ही पे आ पहली बार होया कि व्हील पुराने टायर ना लो बाबा जी पै गए अलाइनमेंट हो रही है हम एक बार धोवा के लुक जी सामने व्हील छका के फिर तुहाडे सामने लैके आने इन्हों चंगी तरह पूरी लुक टच करके देखियो फिर घेंट लगती फिर अगे वागू बस टायर की कमी थी टायर आप पवाते हूँ फिर तो एकदम टच हो गई जिन्ना यदा काम कम होने वाला ही कराता ऑलमोस्ट सारा इनू नहीं कदे डिले किया टायर पुराने दिखा थानू मैं
ਹਾਲ ਟਾਇਰਾਂ ਦਾ ਭੈਣ ਚੋ ਬਾਲੇ ਘਸਾਤੇ ਸੀ ਨੌ ਨੌ ਪੈਂਚਰ ਲੱਗੇ ਸੀ ਵਿੱਚ ਕਰੋ ਚੈੱਕ ਆਹ ਪੈਂਚਰ ਆਹ ਪੈਂਚਰ ਆਹ ਕਿੱਲ ਵੜਿਆ ਪਿਆ ਆ ਕਈਆਂ 'ਚ ਨੌ ਨੌ ਪੈਂਚਰ ਸੀਗੇ ਇੱਧਰ ਪੈਂਚਰ ਆਹ ਹੋਰ ਇੱਕ ਨਾ ਉਹ ਤੋਂ ਨਿਕਲ ਗਈ ਸੀ ਪੌੜੀ ਤੋਂ ਨਿਕਲ ਗਿਆ ਸੀ ਟਾਇਰ ਇੱਕ ਵਾਰੀ ਅਤੇ ਉਹ ਸਾਰੇ ਪੌੜੀ 'ਤੇ ਕਿੱਲ ਵੜ ਗਿਆ ਸੀ ਵਿੱਚ ਉਦੋਂ ਅਸਲੀ ਗੇਮ ਪਈ ਸੀ ਨੌ ਨੌ ਪੈਂਚਰ ਇੱਕੋ ਟਾਇਰ 'ਚ ਹੋ ਗਿਆ ਜੀ ਲਓ ਬਾਬਾ ਜੀ ਆਲ ਗੁੱਡ ਹੋ ਗਈ ਆ ਹੁਣ ਬਸ ਧਵਾ ਲਈਏ ਲਓ ਬਾਬਾ ਜੀ ਆ ਗਿਆ ਆਪਾਂ ਵਾਸ਼ ਕਰਾਉਣ ਯੈਸ ਲਓ ਬਾਬਾ ਜੀ ਆਪਣੀ ਲੋਕੇਸ਼ਨ 'ਤੇ ਵੀ ਆ ਗਏ ਅਤੇ ਲੁੱਕ ਵੀ ਚੈੱਕ ਕਰੋ ਹੁਣ ਗੱਡੀ ਕਰੋ ਚੈੱਕ ਹੁਣ ਬਣਦੀ ਗੱਲ ਪੈਂਦੀ ਖੁੱਤੀ ਹੈ ਗੱਲਬਾਤ ਘੈਂਟ ਹੋ ਗਈ ਚਲੋ ਗੱਡੀ ਓਕੇ ਕਰਤੀ ਆਪਾਂ ਫਿਰ ਤੋਂ ਇੱਕ ਵਾਰੀ ਹੁਣ ਨਹੀਂ ਆਉਂਦੀ ਕਿਤੇ ਸਾਲ ਕਲੀ ਸਾਲ ਬਾਅਦ ਆਪਾਂ ਟਾਇਰ ਘਸਾਈ ਦੇ ਤੁਹਾਨੂੰ ਪਤਾ ਹੀ ਆ ਚਲੋ ਹੁਣ ਦਿੱਲੀ ਕੀ ਯੂਪੀ ਕੀ ਆਗਰਾ ਕੀ ਜੋ ਵੀ ਆ ਕੋਈ ਟੈਨਸ਼ਨ ਨਹੀਂ ਬਾਬਾ ਜੀ ਕੱਲ੍ਹ ਥਾਰ ਦੇ ਕੇ ਆਉਂਦੀ ਸੀਗੀ ਅਤੇ ਸਾਡੇ ਚੋਬਰ ਭੁੱਲ ਗਿਆ ਲੈ ਕੇ ਵੀ ਆਉਣੀ ਆ 6 ਵਜੇ ਏਜੰਸੀ ਬੰਦ ਹੋ ਜਾਂਦੀ ਆ ਅਤੇ 6 ਵਜੇ ਹੀ ਆਪਣੇ ਟਿਕਾਣੇ ਤੋਂ ਉਤਰੇ ਹਾਂ ਹੁਣ ਦੇਖਦੇ ਹਾਂ ਥਾਰ ਮਿਲਦੀ ਆ ਜਾਂ ਵਾਪਸੀ ਆਉਣਾ ਪੈ ਰਿਹਾ ਆ ਦੇਖੋ ਬਾਕੀ ਜਾ ਰਹੇ ਹਾਂ ਦੇਖੋ ਬਾਬਾ ਜੀ ਸਾਡੇ ਕਾਰਨਾਮੇ ਦੇਖੋ ਉਹਨਾਂ ਨੇ ਬਾਹਰ ਕੱਢ ਕੇ ਲਾਈ ਹੋਈ ਆ ਕਿ ਲੈ ਜਾਓ ਭਰਾਵਾ ਇਹਨੂੰ ਟਾਈਮ 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 ਕਿੰਨਾ ਹੋ ਗਿਆ ਦੇਖੀ ਕਿਉਂਕਿ ਟਾਈਮ ਕਿੰਨਾ ਹੋਇਆ ਚਲੋ ਬਾਬਾ ਜੀ ਚੱਲੀਏ ਹੁਣ ਫੇਰ ਉੱਥੇ ਆਪਾਂ ਐਡੀਟਰ ਨੂੰ ਆਪਣੇ ਨੂੰ ਡਾਟਾ ਦੇਣਾ ਆ ਤੇ ਫੇਰ ਆਪਾਂ ਬਸ ਨਿਕਲ ਜਾਣਾ ਆ ਖੋਲੀ ਗੋਪੇ ਏਦਾਂ ਵਾਈ ਸਿਟੀ ਵਾਂਗੂ ਹੈ ਨਾ ਫੜ ਕੇ ਬੈਠਿਆ ਕਰੋ ਕਾਲੇ ਵਾਂਗੂ ਐਵੇਂ ਡਿੱਗ ਨਾ ਪਿਆ ਕਰੋ ਭਰਾ ਮੇਰੇ ਠੀਕ ਹੈ ਧਿਆਨ ਨਾਲ ਡਰਾਈਵ ਕਰਿਆ ਕਰੋ ਚਲੋ ਅਸੀਂ ਆ ਗਏ ਬੱਸ ਸਟੈਂਡ ਜਲੰਧਰ ਅੰਜ ਸੁੱਖ ਨਾਲ ਬਾਹਵਾ ਲੰਬਾ ਵਲੋਗ ਹੋ ਗਿਆ ਹੁਣ ਆਪਾਂ ਐਂਡ ਕਰ ਹੀ ਦਈਏ ਮੈਂ ਕਹਿੰਦਾ ਚਲੋ ਹੋਪਫੁਲੀ ਤੁਹਾਨੂੰ ਵਲੋਗ ਵਧੀਆ ਲੱਗਾਊਗਾ ਸਬਸਕ੍ਰਾਈਬ ਲਾਈਕ ਕੀਤੇ ਵੀ ਨਾ ਬਿਲਕੁਲ ਨਹੀਂ ਆਉਣਾ ਕਮੈਂਟ ਜ਼ਰੂਰ ਕਰਨਾ ਕਿੱਦਾਂ ਲੱਗਾ ਵਲੋਗ ਕਿੱਦਾਂ ਨਹੀਂ ਸਾਰਾ ਦੱਸਣਾ ਮਿਲ ਜਾਏ ਤੁਹਾਨੂੰ ਇੱਦਾਂ ਕਿਸੇ ਅਗਲੇ ਵਧੀਆ ਜਿਹਾ ਵਲੋਗ ਲਈ ਟਿਲ ਦੈਨ ਬਾਬਾ ਬਾਬਾ ਬਾਬਾ